ਬਠਿੰਡਾ ਦੇ ਹਾਜੀ ਰਤਨ ਚੌਂਕ ਵਿੱਚ ਭਾਰਤੀ ਕਿਸਾਨ ਯੂਨੀਅਨ ਵੱਲੋਂ ਬਠਿੰਡਾ ਮਾਨਸਾ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂਆਂ ਨੇ ਦੱਸਿਆ ਕਿ ਸਰਕਾਰ ਨਾ ਤਾਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਰਹੀ ਹੈ ਅਤੇ ਨਾ ਹੀ ਕਿਸਾਨਾਂ ਦੀ ਬਿਹਤਰੀ ਲਈ ਕੋਈ ਢੁੱਕਵੇਂ ਕਾਰਜ ਕੀਤੇ ਜਾ ਰਹੇ ਨੇ। ਕਿਸਾਨਾਂ ਨੇ ਇਹ ਵੀ ਕਿਹਾ ਕਿ ਬਠਿੰਡਾ ਤੋਂ ਜਿੰਨੇ ਵੀ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ ਉਹਨਾਂ ਖੁਦਕੁਸ਼ੀਆਂ ਦੇ ਦੋਸ਼ੀਆਂ ਦੀ ਵੀ ਗ੍ਰਿਫਤਾਰੀ ਨਹੀਂ ਕੀਤੀ ਗਈ, ਜਿਸ ਕਾਰਨ ਇਹ ਧਰਨਾ ਲਗਾਇਆ ਗਿਆ। ਇਹ ਕਿਸਾਨਾਂ ਦੇ ਵਿੱਚ ਬਹੁਤ ਜ਼ਿਆਦਾ ਰੋਹ ਅਤੇ ਗੁੱਸਾ ਹੈ ਜੀ। ਪਹਿਲਾਂ ਅਸੀਂ ਜਦੋਂ ਕਿਸਾਨ ਜਸਵੰਤ ਸਿੰਘ ਨੇ ਖੁਦਕੁਸ਼ੀ ਕੀਤੀ, ਅਸੀਂ 9 ਦਿਨ ਉਸ ਪਰਿਵਾਰ ਨੇ ਲਾਸ਼ ਘਰੇ ਰੱਖ ਕੇ ਲਗਾਤਾਰ ਧਰਨਾ ਲਾਇਆ ਹੈਗਾ। 9ਵੇਂ ਦਿਨ ਸਰਕਾਰ ਨੇ ਜਾ ਕੇ ਉਹ ਯਾਨੀ ਕਿ ਜਿਹੜਾ ਸੰਸਕਾਰ ਕਰਾਇਆ ਅਤੇ ਮੰਗਾਂ ਮੰਨੀਆਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਇਸੇ ਤਰ੍ਹਾਂ ਹੀ ਜਸਵੰਤ ਸਿੰਘ ਜਿਹੜਾ ਟੇਕ ਸਿੰਘ ਹੈ ਜਿਉਂ ਸਿੰਘ ਵਾਲੇ ਦਾ, ਜਿਹਨੇ 2 ਖੁਦਕੁਸ਼ੀ ਨੋਟ ਲਿਖੇ ਨੇ, ਇੱਕ ਕੈਪਟਨ ਸਰਕਾਰ ਨੂੰ ਅਤੇ ਇੱਕ ਜਥੇਬੰਦੀਆਂ ਨੂੰ, ਪੰਚਾਇਤਾਂ ਨੂੰ, ਪਿੰਡ ਦੇ ਕਲੱਬਾਂ ਨੂੰ, ਕਿ ਜਿਹੜਾ ਕਾਂਗਰਸ ਸਰਕਾਰ ਨੇ ਵਾਅਦਾ ਕੀਤਾ ਸੀ ਕੈਪਟਨ ਨੇ ਕਿ ਕਰਜ਼ਾ ਮਾਫ਼ ਕਰੂੰ, ਫਾਰਮ ਭਰਾਏ ਸੀ ਉਹ ਪੂਰਾ ਨਹੀਂ ਕੀਤਾ। ਉਹਨਾਂ ਨੇ ਵਾਅਦਾ ਇਹ ਕੀਤਾ ਸੀਗਾ ਕਿ 2 ਮਹੀਨੇ ਤੁਸੀਂ ਵੇਟ ਕਰੋ ਕਿ ਸਾਡੀ ਕਾਂਗਰਸ ਸਰਕਾਰ ਆਉਣ ਦੇ ਨਾਲ ਇਹ ਖੁਦਕੁਸ਼ੀਆਂ ਰੁਕ ਜਾਣਗੀਆਂ, ਪਰ ਉਹਨਾਂ ਦੀ ਸਰਕਾਰ ਆਈ ਨੂੰ ਲਗਭਗ 4 ਮਹੀਨੇ ਦੇ ਕਰੀਬ ਹੋਣ ਵਾਲੇ ਆ, ਪਰ ਪੰਜਾਬ ਦੇ ਵਿੱਚ ਖੁਦਕੁਸ਼ੀਆਂ ਨਹੀਂ ਰੁਕੀਆਂ। ਸਗੋਂ ਦੀ ਜਿੱਥੇ 3-4 ਖੁਦਕੁਸ਼ੀਆਂ ਹੁੰਦੀਆਂ ਸੀ, ਅੱਜ ਅਖਬਾਰਾਂ ਦੇ ਵਿੱਚ 5-5, 6-6 ਖੁਦਕੁਸ਼ੀਆਂ ਜਿਹੜੀਆਂ ਹੋ ਰਹੀਆਂ ਅਤੇ ਖੁਦਕੁਸ਼ੀਆਂ ਦਾ ਜਿਹੜਾ ਵਰਤਾਰਾ ਉਹ ਤੇਜ਼ ਹੋਇਆ, ਕਿਉਂਕਿ ਜਿਹੜੀ ਆਸ ਵੱਜੀ ਸੀ ਕਿਸਾਨਾਂ ਨੂੰ ਕਿ ਕੈਪਟਨ ਸਰਕਾਰ ਕਰਜ਼ਾ ਮਾਫ਼ ਕਰੂਗੀ, ਉਸ ਤੋਂ ਯਾਨੀ ਕਿ ਲੋਕ ਨਿਰਾਸ਼ ਹੋਏ ਨੇ ਅਤੇ ਉਸ ਨਿਰਾਸ਼ਾ 'ਚੋਂ ਖੁਦਕੁਸ਼ੀਆਂ ਦਾ ਦੌਰ ਤੇਜ਼ ਹੋ ਰਿਹਾ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੀ 22 ਸਤੰਬਰ ਨੂੰ ਮੋਤੀ ਮਹਿਲ ਪਟਿਆਲਾ ਦੇ ਸਾਹਮਣੇ ਇੱਕ ਵਿਸ਼ਾਲ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।